ਪੰਚ ਸਾਹਿਬ ਬੜੀ ਮਿਹਨਤ ਕੀਤੀ ਔਰ ਨਤੀਜੇ ਜਿਹੜੇ ਨੇ ਉਹ ਹੁਣ ਆਉਣ ਵਾਲੇ ਨੇ। ਕਹਿੰਦੇ ਜਦੋਂ ਨਤੀਜੇ ਆਉਣੇ ਹੁੰਦੇ ਆ, ਚਾਹੇ ਸਕੂਲ ਦੇ ਵੀ ਇਗਜ਼ਾਮ ਹੋਣ, ਦਿਲ ਦੀਆਂ ਧੜਕਣਾਂ ਬੜੀਆਂ ਵਧੀਆਂ ਹੁੰਦੀਆਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਾਰਾ ਦਿਨ ਸਾਰੀ ਰਾਤ ਸੋਚਣਾ ਪੈਂਦਾ ਕਿ ਕੱਲ੍ਹ ਕੀ ਰਿਜ਼ਲਟ ਆਉਣੇ। ਰਾਤ ਨੀਂਦ ਆ ਗਈ ਸੀ? ਨਹੀਂ, ਬੜੀ ਵਧੀਆ ਨੀਂਦ ਆਉਂਦੀ ਹੈ ਜੀ, ਕੋਈ ਐਸੀ ਗੱਲ ਨਹੀਂ। ਪਤਾ ਕੀ ਹੈ, ਇਹ ਕੋਈ ਲਗਾਤਾਰ ਮਿਹਨਤ ਕੀਤੀ ਹੈ, ਤੁਸੀਂ ਆਪਣਾ ਸਾਰਾ ਕੁਛ ਜਿਤਨਾ ਤੁਸੀਂ 100% ਦੇ ਸਕਦੇ ਦਿਓ, ਬਾਕੀ ਤਾਂ ਪਰਮਾਤਮਾ ਨੇ ਕਰਨਾ। ਗੁਰੂ ਸਾਹਿਬ ਦੇ ਅੱਗੇ ਚਰਨਾਂ 'ਚ ਬੇਨਤੀ ਕੀਤੀ ਹੈ, ਸਵੇਰੇ ਹੁਣ ਫਿਰ ਜਾਵਾਂਗੇ। ਅਲਟੀਮੇਟਲੀ ਫੈਸਲਾ ਪਰਮਾਤਮਾ ਦਾ, ਲੋਕਾਂ ਦਾ ਫਤਵਾ ਹੈ, ਆਪਣਾ ਆਪਣੇ ਵੱਲੋਂ ਮਿਹਨਤ 'ਚ ਕੋਈ ਕਸਰ ਨਹੀਂ ਛੱਡੀ। ਕੀ ਲੱਗਦਾ ਕੀ ਫੈਕਟਰ ਰਿਹਾ ਹੋਏਗਾ, ਔਰ ਹੁਣ ਮੁਕਾਬਲਾ ਕਿਸ ਦੇ ਨਾਲ ਦੇਖ ਰਹੇ ਸੀਗੇ? ਬੀਜੇਪੀ ਨੇ ਪੂਰੀ ਵਾਹ ਲਗਾ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਨਾਲ ਦੇ ਹਲਕੇ ਹੁਸ਼ਿਆਰਪੁਰ ਰੈਲੀ ਵੀ ਅਖੀਰਲੇ ਦਿਨਾਂ 'ਚ ਕਰਕੇ ਗਏ, ਮੁਕਾਬਲਾ ਕਿਸ ਦੇ ਨਾਲ ਲੱਗਾ? ਇਹ ਦੇਖੋ, ਮਸਲਾ ਮੁੱਦੇ ਤੇ ਸਿਰਫ ਸੀਐਮ ਸਾਹਿਬ ਦੀ ਸਰਕਾਰ ਦੀ ਜਿਹੜੀ ਭਗਵੰਤ ਮਾਨ ਜੀ ਦੀ 2 ਸਾਲ ਦੀਆਂ ਨੀਤੀਆਂ ਉਹੀ ਰਹੇ ਆ, ਉਹ ਚਰਚਾ ਦਾ ਕੇਂਦਰ ਬਿੰਦੂ ਰਹੇ ਹਰ ਪਿੰਡ ਦੀ ਮੀਟਿੰਗ 'ਚ, ਵਾਰਡ ਦੀ ਮੀਟਿੰਗ 'ਚ। ਨੈਸ਼ਨਲ ਪ੍ਰੋਸਪੈਕਟਿਵ ਜਦੋਂ ਆਪਾਂ ਦੇਖਦੇ ਹਾਂ ਤਾਂ ਲੋਕਾਂ ਨੂੰ ਇਸ ਗੱਲ ਦੀ ਬੜੀ ਸਪਸ਼ਟ ਜਾਣਕਾਰੀ ਆ, ਔਰ ਇਸ ਲੋਕ ਸਮਝਦੇ ਆ ਵੀ ਤਾਨਾਸ਼ਾਹੀ ਜਿਹੜੀ ਆ ਵੱਧ ਰਹੀ ਹੈ ਮੁਲਕ 'ਚ ਮੋਦੀ ਜੀ ਦੇ ਰਾਜ। ਸੋ ਇਹ ਵੀ ਮਨ ਲੋਕਾਂ ਨੇ ਬਣਾਇਆ ਹੋਇਆ ਵੀ ਇਸ ਵਾਰ NDA ਨੂੰ ਜਿਹੜਾ ਬਾਹਰ ਕਰਨਾ। ਪ੍ਰਧਾਨ ਮੰਤਰੀ ਜੀ ਨੇ ਰੈਲੀਆਂ ਜਿੰਨੀਆਂ ਮਰਜ਼ੀ ਕੀਤੀਆਂ, ਉਹਦਾ ਕੋਈ ਇੰਪੈਕਟ ਪੰਜਾਬ 'ਚ ਵੀ ਨਹੀਂ ਹੈਗਾ ਵੈਸੇ ਇਸ ਵਾਰ, ਤੇ ਸ਼ਾਇਦ ਬਾਕੀ ਸਟੇਟਾਂ 'ਚ ਵੀ ਬਹੁਤ ਕਰੇਜ ਘੱਟ ਗਿਆ, ਤਾਂ ਹੀ ਉਹਨਾਂ ਨੇ ਏਜੰਡਾ ਹੀ ਬਦਲ ਲਿਆ। ਉਹ ਗਵਰਨੈਂਸ ਤੋਂ ਸਿੱਧਾ ਕਮਿਊਨਲਿਜ਼ਮ ਕਰਤਾ ਸੋਸਾਇਟੀ ਨੂੰ, ਤੋ ਗਵਰਨੈਂਸ ਇਲੈਕਸ਼ਨ ਲੜਿਆ ਨਹੀਂ ਪ੍ਰਧਾਨ ਮੰਤਰੀ ਜੀ ਨੇ। ਕਿੰਨੀਆਂ ਸੀਟਾਂ ਤੁਹਾਨੂੰ ਇਸ ਵਾਰ ਹੁਣ ਪੰਜਾਬ 'ਚ ਨਜ਼ਰ ਆਉਂਦੀਆਂ, ਕਿਉਂਕਿ ਮੁੱਖ ਮੰਤਰੀ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੋਣੀ ਹੈ, ਤਮਾਮ ਹਲਕਿਆਂ 'ਤੇ ਇੱਕ ਹਿਸਾਬ ਕਿਤਾਬ ਬੈਠਾ ਹੋਣਾ, ਰਿਜ਼ਲਟ ਥੋੜ੍ਹੀ ਦੇਰ 'ਚ ਆ ਜਾਣੇ, ਲੇਕਿਨ ਕਿੰਨੀ ਸੀਟਾਂ ਤੁਹਾਨੂੰ ਨਜ਼ਰ ਆ ਰਹੀਆਂ? ਦੇਖੋ, ਸੀਐਮ ਸਾਹਿਬ ਨੇ ਲਾਸਟ 30 ਤਰੀਕ ਨੂੰ ਜਿਹੜਾ ਵੋਟਾਂ ਜਦ ਕੰਪੇਨਿੰਗ ਤੋਂ ਜਿਹੜੀ ਬੰਦ ਹੋਣੀ, ਉਸ ਦਿਨ ਮੇਰੇ ਹਲਕੇ 'ਚ ਹੀ ਉਹਨਾਂ ਨੇ 4 ਪ੍ਰੋਗਰਾਮ ਕੀਤੇ ਵੱਡੇ, ਉਸ ਦਿਨ ਮੌਕਾ ਮਿਲਿਆ ਮੈਨੂੰ ਵੀ ਨਾਲ ਰਹਿਣ ਦਾ। ਤੋ ਉਹਨਾਂ ਨੇ ਤਕਰੀਬਨ ਪੂਰੀ ਸਟੇਟ 'ਚ 110 ਤੋਂ ਵੱਧ ਪਬਲਿਕ ਰੈਲੀਆਂ ਨੂੰ ਐਡਰੈਸ ਕੀਤਾ ਹੈ ਮਾਨ ਸਾਹਿਬ ਨੇ, ਅਰਵਿੰਦ ਜੀ ਨੇ ਅਲੱਗ ਕੀਤਾ ਹੈ। ਉਹਦੇ 'ਚ ਲੋਕਾਂ 'ਚ ਉਤਸਾਹ ਆ, ਸੀਐਮ ਸਾਹਿਬ ਦਾ ਵੀ ਇਹੀ ਫੀਡਬੈਕ ਹੈ, ਆਪਾਂ 13 ਸੀਟਾਂ ਜਿੱਤਾਂਗੇ, ਕੋਈ ਅਸੀਂ ਮੁਸ਼ਕਲ ਵਾਲੀ ਗੱਲ। ਔਰ ਦੇਸ਼ 'ਚ ਕੀ ਰੁਝਾਨ ਨਜ਼ਰ ਆ ਰਿਹਾ, ਕਿਉਂਕਿ NDA ਨੇ ਵੀ ਤਿਆਰੀ ਕਰ ਲਈ ਹੈ, ਉਹ ਕਹਿੰਦੇ ਬੀਜੇਪੀ ਦਫ਼ਤਰ ਇੱਕ ਵੱਡਾ ਰੋਡ ਸ਼ੋਅ ਕੱਢਿਆ ਜਾਏਗਾ, ਪ੍ਰਧਾਨ ਮੰਤਰੀ ਉੱਥੇ ਹੋਣਗੇ, 1 ਲੱਖ ਦੇ ਕਰੀਬ ਬੰਦੇ ਬੁਲਾਉਣ ਦੀ ਗੱਲਬਾਤ ਚੱਲ ਰਹੀ ਹੈ। ਇੰਡੀਆ ਅਲਾਇੰਸ ਦੀ ਕੀ ਤਿਆਰੀ ਹੈ? ਦੇਖੋ, ਜਿਸ ਤਰੀਕੇ ਨਾਲ ਹਫੜਾ ਦਫੜੀ 'ਚ ਐਗਜਿਟ ਪੋਲ ਮੈਨੇਜ ਕੀਤੇ ਗਏ, ਪ੍ਰਧਾਨ ਮੰਤਰੀ ਜੀ ਨੇ ਜੋ ਹਮੇਸ਼ਾ ਡਰਾਮਾ ਕਰਦੀ ਹੈ, ਰੱਬ ਦੇ ਨਾਂ 'ਤੇ ਵੀ ਕਰ ਲੈਂਦੇ ਵੈਸੇ ਉਹ ਤੇ ਲੱਗਦਾ ਵੀ ਘਬਰਾਏ ਹੋਏ ਆ, ਮੈਨੂੰ ਪੂਰੀ ਉਮੀਦ ਹੈ ਵੀ ਕਿਉਂਕਿ ਦੇਸ਼ ਦੇ ਵੋਟਾਂ, ਲੋਕਾਂ ਨੇ ਵੋਟਾਂ ਇਸ ਵਾਰ ਲੋਕਤੰਤਰ ਔਰ ਸੰਵਿਧਾਨ ਨੂੰ ਬਚਾਉਣ ਲਈ ਪਾਈਆਂ। ਇਸ ਵਾਰ ਮੈਨੂੰ ਲੱਗਦਾ ਇੰਡੀਆ ਬਲੋਕ ਜਿਹੜਾ ਆ 250 ਤੋਂ ਉੱਪਰ ਸੀਟਾਂ ਲੈ ਕੇ ਜਾਊਗਾ, ਇਹ ਪੂਰੀ ਉਮੀਦ ਹੈ। NDA ਨਹੀਂ ਜਿੱਤੂਗਾ ਇਸ ਵਾਰ, ਨਹੀਂ ਸਰਕਾਰ। ਦੂਸਰਾ ਵੀ EVM ਨੂੰ ਲੈ ਕੇ ਓਪੋਜੀਸ਼ਨ ਲਗਾਤਾਰ ਸਵਾਲ ਚੁੱਕਦਾ, ਇਹ ਲਗਾਤਾਰ ਕਿਹਾ ਜਾ ਰਿਹਾ ਕਿ ਮਸ਼ੀਨਾਂ 'ਤੇ ਨਜ਼ਰ ਰੱਖੋ, ਉੱਥੇ ਜਿਹੜਾ ਵੈ ਆਪਣੇ ਵਰਕਰ ਭੇਜ ਦਿਓ, ਨਜ਼ਰ ਰੱਖੋ ਕਿਤੇ ਕੋਈ ਗੜਬੜੀ ਨਾ ਹੋਵੇ। ਤੁਸੀਂ ਵੀ ਆਪਣੇ ਏਰੀਏ 'ਚ ਕੁਛ ਇਸ ਤਰੀਕੇ ਨਾਲ ਕੀਤਾ ਜਾਂ ਕਿਵੇਂ? ਨਹੀਂ ਦੇਖੋ, ਸਵਾਲ ਤਾਂ ਖੜੇ ਹੁੰਦੇ ਆ, ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਤੈਅ ਕਰਨਾ ਪੈਣਾ, ਕਿਉਂਕਿ ਜਿਹੜੀ ਆਟੋਨਮੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ, ਉਹ 'ਤੇ ਵੀ ਬੜੇ ਸਵਾਲ ਖੜੇ ਹੋਏ ਆ ਪਿਛਲੇ ਦਿਨਾਂ 'ਚ। ਸੁਭਾਵਿਕ ਜੀ ਗੱਲ ਹੈ, ਇਹ ਚੀਜ਼ਾਂ ਦਾ ਜਿਹੜਾ ਇਹ ਚੀਜ਼ਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਹੈ, ਇਲੈਕਸ਼ਨ ਕਮਿਸ਼ਨ ਨੂੰ ਦੇਣੇ ਚਾਹੀਦੇ ਆ। ਡੈਫੀਨੇਟਲੀ ਸ਼ੱਕ ਤਾਂ ਕਈ ਹੈ ਲੋਕਾਂ ਨੂੰ, ਸਾਨੂੰ ਵੀ ਹੈਗੇ, 'ਚ ਕੋਈ ਦੋ ਰਾਏ। ਠੀਕ ਹੈ।